ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਤੀਰਤ ਸਿੰਘ ਪਿਨਾਕਲ ਸਾਡੇ ਨਾਲ ਮੌਜੂਦ ਨੇ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਨੇ ਔਰ ਪੀਟੀਈ ਦੇ ਵੀ ਮੈਂ ਇਹਨਾਂ ਨੂੰ ਸਪੈਸ਼ਲਿਸਟ ਮੰਨਦਾ ਹੁਣ ਸਵਾਲ ਇਹ ਹੈ ਕਿ 10 ਅਗਸਤ ਦਾ ਇੱਕ ਵੱਡਾ ਜਿਹੜਾ ਆ ਟੈਕਨੀਕਲ ਡ੍ਰੀਮ ਹੈ ਉਹ ਹਰ ਕੋਈ ਦੇਖ ਰਿਹਾ 10 ਅਗਸਤ ਤੋਂ ਬਾਅਦ ਕੀ ਪੀਟੀ ਤੇ ਟੜਾ-ਟੜ ਵਿਜੀ ਆਣਗੇ ਇਹ ਬਾਅਦ ਚ ਪਤਾ ਲੱਗੇਗਾ 10 ਅਗਸਤ ਤੋਂ ਪਰ ਜੀ ਅੱਜ ਦੀ ਗੱਲ ਕਰੀਏ ਤੇ ਕਿਹੜਾ ਵਿਦਿਆਰਥੀ 10 ਅਗਸਤ ਤੋਂ ਪਹਿਲਾਂ ਪੀਟੀ ਤੇ ਫਾਈਲ ਲਾਵੇ ਤੇ ਕਿਹੜਾ ਵਿਦਿਆਰਥੀ 10 ਅਗਸਤ ਤੋਂ ਬਾਅਦ ਲਾਵੇ ਇਹ ਵਿਦਿਆਰਥੀਆਂ ਦੇ ਲਈ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ 10 ਅਗਸਤ ਤੋਂ ਪਹਿਲਾਂ ਫਾਈਲ ਲਾ ਸਕਦੇ ਨਹੀਂ ਪਰ ਉਹ ਰੱਖੀ ਬੈਠੇ ਨੇ 10 ਅਗਸਤ ਦੇ ਇੰਤਜ਼ਾਰ 'ਚ ਸੋ ਕਿਹੜਾ ਪੀਟੀ ਤੇ 10 ਅਗਸਤ ਤੋਂ ਪਹਿਲਾਂ ਲਾਵੇ ਕਿਹੜਾ ਬਾਅਦ ਇਹਦੇ ਤੇ ਪੀਟੀ ਸਪੈਸ਼ਲਿਸਟ ਤੀਰ ਸਿੰਘ ਪਨਾਕਲ ਹੋਂਨ ਤੋਂ ਕਲੈਰਿਟੀ ਲੈਣੇ ਆ ਤੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸੇਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਗੱਲ ਦੋ ਸ਼ਬਦਾਂ ਚ ਮੁੱਕਦੀ 10 ਅਗਸਤ ਤੋਂ ਪਹਿਲਾਂ ਪੀਟੀ ਤੇ ਕਿਹੜਾ ਫਾਈਲ ਲਾਵੇ ਕਿਹੜਾ ਨਾਂ ਲਾਵੇ ਕਰਿਓ ਵਿਸਥਾਰ ਬਿਲਕੁਲ ਸਰ ਇਹ ਬਹੁਤ ਸਾਰੇ ਬੱਚੇ ਜਿਹੜੇ ਨੇ 10 ਅਗਸਤ ਦਾ ਇੱਕ ਸੁਪਨਾ ਦੇਖਿਆ ਉਹ ਤੇ ਦੇਖਣਾ ਚਾਹੀਦਾ ਸੁਪਨਾ ਦੇਖਣਾ ਫਰਜ਼ ਹੈ ਤੇ ਬਟ ਮੈਂ ਫਿਰ ਵੀ ਕਹੂੰਗਾ ਕਿ ਸੱਚਾਈ ਦੇ ਨਾਲ ਵੀ ਰੂਬਰੂ ਹੋਣਾ ਜ਼ਰੂਰੀ ਆ ਤੇ ਯੈਸ ਅੱਜ ਉਹ ਗੱਲ ਕਰਨੀ ਆ ਕਿਉਂਕਿ ਜ਼ਿਆਦਾਤਰ ਤਾਂ ਬੱਚਾ ਤਾਂ ਐਸੇ ਲਿਵ ਅਪ ਕਰਕੇ ਸਾਈਡ ਤੇ ਬੈਠਾ ਹੋਇਆ 10 ਅਗਸਤ ਦੀ ਵੇਟ ਕਰ ਰਿਹਾ ਸ਼ਾਇਦ ਕੋਈ ਨਵੀਆਂ ਚੀ ਕਾਡਾ ਕਿ ਜਿੰਨਾ ਮੈਂ ਵੀ ਵਧੀਆ ਗੱਲਾਂ ਕਰ ਲਵਾਂ ਵੀਜ਼ਾ ਹੀ ਸਰਦਾਰੀ ਆ ਵੀਜ਼ਾ ਹੀ ਸਭ ਕੁਝ ਆ ਬਟ ਹੁਣ ਉਹਨਾਂ ਮੁdde ਦੇ ਪੀਟੀ ਵਾਲੇ ਬੱਚਿਆਂ ਨੂੰ 10 ਤਰੀਕ ਤੋਂ ਬਾਅਦ ਜਿਨ੍ਹਾਂ ਦੇ ਤਾਂ 60 ਓਵਰਲ ਸਕੋਰ ਹੈਗੇ ਆ ਬੜਾ ਸਬਰ ਕਰ ਲਓ ਹੋਰ 20 25 ਦਿਨ ਰਹਿ ਗਏ ਆ ਫਾਈਲ ਲਾਓ ਆਪਣੀ 10 ਅਗਸਤ ਤੋਂ ਬਾਅਦ ਫਾਈਲ ਲਾਓ ਜੋਰੀ ਨਹੀਂ 10 ਨੂੰ 11 12 ਜਦੋਂ ਵੀ ਫਾਈਲ ਲੱਗਦੀ ਹੈ ਅੰਡਰ ਐਸਟੀਐਚ ਫਾਈਲ ਲਾਓ ਸਟਰੋਂਗ ਫਾਈਨੈਂਸ਼ੀਅਲਸ ਨਾਲ ਫਾਈਲ ਲਾਓ ਤੇ ਤੁਸੀਂ ਆਪਣੇ ਵੀਜ਼ੇ ਦੀ ਉਮੀਦ ਕਰ ਸਕਦੇ ਬਟ ਹਾਂ ਯੈਸ ਨਾਲ ਦੀ ਨਾਲ ਕਈ ਬੱਚੇ ਆ ਪੀਟੀ ਨੋਨ ਐਸਐਸ ਵਾਲੇ ਬੱਚਿਆਂ ਨੂੰ ਬੇਟਾ ਮੈਂ ਕਹਿ ਰਿਹਾ ਲਾ ਦਿਓ ਫਾਈਲ ਨੋਨ ਐਸਐਸ ਮੇਰੇ ਪੀਟੀ ਵਾਲੇ ਬੱਚੇ ਨੂੰ ਕਹਾਂਗਾ 6 ਬੈਂਡ ਓਵਰ ਵਾਲਾ ਬੈਂਡ ਤਾਂ ਲਾਵੇ ਬੇਟਾ ਦੱਸ ਗੋ ਉਸ ਤੋਂ ਬਾਅਦ ਫਾਈਲ ਪੀਟੀ ਵਾਲਾ ਬੱਚਾ ਜਿਹਦੇ ਬੱਚੇ ਦੇ 60 ਤੋਂ ਘੱਟ ਸਕੋਰ ਆ ਕਿਸੇ ਦੇ 56 57 58 ਵਾਟ ਐਵਰ ਇੱਥੇ ਨੀਅਰ ਅਬਾਊਟ ਸਕੋਰ ਜ਼ਰੂਰ ਹੈਗੇ ਆ ਬੇਟਾ ਲਾ ਦਿਓ ਫਾਈਲ ਪਹਿਲੇ ਤੁਸੀਂ ਕਿਤੇ ਨਾ ਕਿਤੇ ਬੱਚੇ ਕਹਿੰਦੇ ਇੱਕ ਪਾਸੇ ਤੁਸੀਂ ਕਹਿੰਦੇ 20 25 ਸਕਸੈਸ ਰੇਟ ਪਰਸੈਂਟ ਸਕਸੈਸ ਰੇਟ ਹੈਗਾ ਤੇ ਅਸੀਂ ਕਿਉਂ ਫਾਈਲ ਲਈ ਤੁਸੀਂ ਆਨੂੰ ਖਰਾਬ ਕਰ ਰਹੇ ਆ ਬੇਟਾ ਮੈਂ ਖਰਾਬ ਨਹੀਂ ਕਰ ਰਿਹਾ ਇਹ ਉਹ ਬੱਚਿਆਂ ਨੂੰ ਕਹਿ ਰਿਹਾ ਜਿਹੜੇ ਬੱਚਿਆਂ ਨੇ ਪੂਰਾ ਵਾਹ ਲਾ ਲਿਆ ਆਪਣਾ ਪੂਰੀ ਆਪਣੇ ਵੱਲੋਂ ਐਫਰਟ ਲਾ ਚੁੱਕੇ ਆ ਕਿੰਨੀ ਵਾਰੀ ਪੀਟੀ ਦਾ ਪੇਪਰ ਦੇ ਚੁੱਕੇ ਆ ਵਧੇ ਹੀ ਨਹੀਂ ਸਕੋਰ ਐਨੇ ਹੀ ਰਹਿ ਗਿਆ ਉਹ ਬੱਚਾ ਕੀ ਕਰੇ ਇੱਕ ਚੀਜ਼ ਮੈਂ ਟੈਕਨੀਕਲ ਫੈਕਟਸ ਨਾਲ ਤੁਹਾਨੂੰ ਸਮਝਾਉਣੀ ਚਾਹੂੰਗਾ 10 ਅਗਸਤ ਤੋਂ ਬਾਅਦ ਕੀ ਹੋਣਾ ਆਪਾਂ ਨੂੰ ਲੱਗਦਾ ਐਸਜੀਐਸ ਨੌਨ ਐਸ ਇਸ ਬਟ ਨੌਨ ਐਸ ਇਸ ਬਚਣੀ ਦੱਸੋ ਕਿੱਥੇ ਆ ਸਭ ਕੁਝ ਦਾ ਐਸਡੀਐਸ ਆ ਗਿਆ ਆਲਸ ਆ ਗਈ ਪੀਟੀ ਆ ਗਈ ਟਾਪ ਫੇਲ ਆ ਗਿਆ ਓਵਰਆਲ ਜੇ ਸਕੋਰ ਆ ਗਿਆ ਤੇ ਤਕਰੀਬਨ ਸਾਰੀਆਂ ਕੈਟਾਗਰੀ ਆ ਗਈਆਂ ਨੌਨ ਐਸ ਇਸ ਬਚਿਆ ਕੀ ਨੌਨ ਐਸ ਇਸ ਤਾਂ ਮੈਨੂੰ ਲੱਗਦਾ ਸਿਰਫ ਰਿਫਿਊਜ਼ਲ ਹੀ ਬਚੀ ਆ ਤੇ ਇਸ ਲਈ ਤੁਸੀਂ ਏਸੀ ਨੂੰ ਆਪ ਬਰੀਕੀ ਤੇ ਕਿਤੇ ਨਾ ਕਿਤੇ ਮੈਂ ਇਹ ਕਹਿੰਦਾ ਇਸ਼ਾਰੇ ਤੇ ਮੈਂ ਰੋਂਗ ਹੋਵਾਂ ਕਿ ਜੇ ਕਿਸੇ ਬੱਚੇ ਸਾਡੇ ਦਾ ਅਮਰੀਕ ਪ੍ਰੋਫਾਈਲ ਤੇ ਵੀਜ਼ਾ ਲਾ ਰਿਹਾ ਤਾਂ ਜਰੂਰ ਆਵੇ ਬਟ ਸਚਾਈ ਇਹ ਹੈ ਟੈਕਨੀਕਲ ਪੁਆਇੰਟ ਬੇਟਾ ਵੀਜ਼ੇ ਦੀ ਇਹ ਵੀ ਕੈਟਾਗਰੀ ਲਿਮਿਟਡ ਲਿਮਟ ਆ ਨਾ ਤੇ ਇਹ 19 ਕੀ ਵੀਜ਼ੇ ਦੇਣੇ ਆ ਨਾ ਤਾਂ ਅਗਲੇ ਦੇ ਐਸਡੀਐਸ ਹੀ ਪੂਰੇ ਨਹੀਂ ਹੋਣੇ ਉਹਨਾਂ ਦੇ ਅਗਰ ਅਗਰ ਪੀਟੀ 60 ਨੂੰ ਐਸਟੀਐਸ ਚ ਲੈਣਗੇ ਇਹਦਾ ਮਤਲਬ ਹੈ 52 53 54 55 ਪੀਟੀ ਫਿਰ ਵੀ ਨਾਨ ਐਸਡੀਐਸ ਰਹੇ ਸਰ 100% ਨਾਨ ਐਸਡੀਐਸ ਰਹੇਗੀ ਜੇ ਓਵਰਾਲ ਸਕੋਰ ਦੀ ਘੱਟ ਹੈ ਗਿਆ ਤੇ ਉਹਦਾ ਬੱਚਾ ਤੁਸੀਂ ਆਪ ਦੇਖੋ ਸਰ ਸੋਚ ਕੇ ਦੇਖੋ ਮੈਂ ਤਾਂ ਕਿ ਦਰਸ਼ਕਾਂ ਵਿਜ਼ਿਟ ਕਰੇ 10 ਅਗਸਤ ਦੀ ਬਾਕੀ ਸਾਰੇ ਪੀਟੀ ਵਾਲੇ ਟਰਾਈ ਕਰ ਸਕਦੇ ਬਿਲਕੁਲ ਟਰਾਈ ਕਰਨ ਮੈਂ ਤਾਂ ਕਹਿੰਦੇ ਜਦ ਆਪਾਂ ਵੀ ਗੱਲ ਕੀਤੀ ਹੈ ਪਿਛਲੇ ਸੋਚ 20 25% ਸਰ ਮੈਂ ਤਾਂ ਕਹਿੰਦੇ ਜੇ ਕਿਸਮਤੀ ਵਿੱਚ ਬੋਣੀ ਤੇ ਫਿਰ ਉਦੋਂ ਜਮਈ ਤੇ ਵੀਜ਼ੇ ਦੀ ਉਮੀਦ ਹੈ 20 25% ਮੈਨੂੰ ਤਾਂ ਲੱਗਦਾ ਨੌਨ ਐਸਸੀ ਸੀ 20 25 ਛੱਡੋ 1 2% ਉਮੀਦ ਰਹਿ ਜਾਣੀ ਸਰ ਵੀਜ਼ਾ ਆਉਣ ਦੀ ਉਹ ਤਾਂ ਬਹੁਤ ਡਿੱਗ ਜਾਣੀ ਹੈ ਸੂ ਬੱਚੇ ਨੂੰ ਮੈਂ ਕਹਾਂਗਾ ਲਾ ਲਵੇ ਫਿਰ ਕੰਟਰੀ ਚੇਂਜ ਕਰਨੀ ਆ ਕਰ ਲਵੇ ਜੇ ਪੀਟੀ ਇੰਪਰੂਵ ਕਰ ਸਕਦਾ ਵਾ ਥੈਨ ਡੈਫੀਨੇਟਲੀ ਫਿਰ 10 ਗਸ ਦੀ ਵੇਟ ਕਰੇ ਕਿਉਂਕਿ ਇਹ ਸਰ ਇਹ ਮੈਂ ਉਹ ਗੱਲ ਕਰ ਰਿਹਾ ਸਾਡੇ ਕੋਲ ਮੈਂ ਅੱਜ ਜਿੰਨਾ ਮਰਜੀ ਹੈ ਤੇ ਜ਼ੋਰ ਲਾ ਲਿਆ ਲਾ ਲਓ 60 ਬੈਂਡ ਲਾ ਲਓ 60 ਸਕੋਰ ਲੈ ਲਓ ਤੁਸੀਂ ਆਪਣੇ ਸਰ ਅੱਜ ਵੀ ਤਿੰਨ ਕਾਉਂਸਲਿੰਗਸ ਕਰਕੇ ਆਇਆ ਬੱਚਾ ਹੱਥ ਖੜਾ ਵਾ ਬਾਈਪਾਸਵਰਡ ਵਾਲਾ ਬੱਚਾ 90% ਮਾਰਕਸ ਆਏ ਹੋਇਆ ਮਾਰਕਸ ਆਏ ਹੋਇਆ ਪੀਟੀ 53 ਆ ਸਿਰਫ ਇੱਕੋ ਚੀਜ਼ ਮੈਨਾਂ ਤੁਹਾਨੂੰ ਕਹਿੰਦੇ ਦੀ ਫਾਈਲ ਮੇਰੀ ਫਰੈਸ਼ ਆ ਇਹ ਵੀ ਚੀਜ਼ ਹੁੰਦਾ ਸਰ ਕਈ ਵਾਰ 19 20 ਪਾਸਵਰਡ ਵਾਲੀ ਫਾਈਲ ਮੇਰੀ ਫਰੈਸ਼ ਆ ਆਪਾਂ ਲੋਕ ਕਹਿੰਦੇ ਜੀ ਇਹ ਰਿਫਿਊਜ਼ਨ ਨਹੀਂ ਲੱਗੀ ਫਰੈਸ਼ ਬੜਾ ਮੈਦਾ ਕਹਿੰਦਾ ਅੱਜ ਮੰਮੀ ਨੇ ਸਬਜ਼ੀ ਬਣਾਈ ਆ 4 ਦਿਨ ਫ੍ਰੀਜ ਚ ਰੱਖ ਲਈਏ ਉਦਦੇ ਆਪਾਂ ਕੱਢ ਲਈਏ ਫਰੈਸ਼ ਨਹੀਂ ਰਹਿ ਜਾਂਦੀ ਫਰੈਸ਼ ਸਿਰਫ ਅੱਜ ਦੀ ਡੇਟ ਸਿਰਫ 23 ਪਾਸ ਆਊਟ ਆ ਸੋ 18 19 20 ਕੋਈ ਵੀ ਜਿਹੜਾ 21 22 ਵਾਲੇ ਪਾਸਵਰਡ ਫਰੈਸ਼ ਨਹੀਂ ਰਹਿ ਗਏ ਚਾਹੇ ਰਿਫਿਊਜ਼ਲ ਨੂੰ ਇਨੀ ਤਵੱਜੂ ਕੈਨੇਡਾ ਨਹੀਂ ਦਿੰਦਾ ਸੋ ਇਸੇ ਲਈ ਕਹਿੰਦਾ ਇੰਪਰੂਵ ਕਰ ਸਕਦੇ ਲਾ ਲਓ ਜੇ ਘੱਟ ਸਕੋਰ ਹੈਗੇ ਹੱਥ ਖੜੇ ਕੀਤੇ ਹੋ ਸਮਝ ਮੈਂ ਤਾਂ ਕਹਾਂਗਾ 10 ਜਾਂ 20 ਗੁਣਾ ਹੀ ਹੋਊਗਾ ਉਸ ਤੋਂ ਪਹਿਲਾਂ ਪਹਿਲਾਂ ਸੋ ਇਹ ਮੇਰੀ ਇੱਕ ਪਰਸਨਲ ਜੋ ਮੈਂ ਐਡਵਾਈਸ ਦੇਣਾ ਚਾਹੁੰਦਾ ਹਾਂ ਸੋ ਹਾਂ ਮੰਨੇ ਚ ਘੱਟ ਬੱਚੇ ਆਉਂਦੇ ਹੋਣਗੇ ਪਰ ਜਿਹੜੇ ਆਉਂਦੇ ਆ ਉਹ ਮਿਸ ਨਾ ਕਰਨ ਕਿਉਂਕਿ ਕਈਆਂ ਨੂੰ ਸਰ ਹਜੇ ਲੱਗਦਾ ਹੋਣਾ ਸਰ ਪੀ 56 57 ਵੀ ਕੋਈ ਕ੍ਰਿਸ਼ਮਾ ਹੀ ਹੋ ਜੇ ਉਸ ਤੋਂ ਬਾਅਦ ਸਰ ਕ੍ਰਿਸ਼ਮਾ ਹੋਣ ਤੋਂ ਉਸ ਤੋਂ ਬਾਅਦ ਉਮੀਦ ਰਹੀਆਂ ਸੋ ਜਿੱਦਾਂ ਆਪਾਂ ਡਿਸਕਸ ਵੀ ਕੀਤਾ ਸੀ ਐਸ ਡੀ ਐਸ ਦਾ ਵੀ ਸਕਸੈਸਟੇਡ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਦਾ ਨਜ਼ਰ ਜ਼ਰੂਰ ਆਏਗਾ ਇੱਕੋ ਚੀਜ਼ ਦਾ ਫਾਇਦਾ ਹੋਏਗਾ ਕੈਨੇਡਾ ਦੀ ਐਮਬੈਸੀ ਕੈਨੇਡਾ ਦੀ ਗਵਰਨਮੈਂਟ ਜਾਂ ਕਹੂੰਗਾ ਐਮਬੈਸੀ ਕਹੂੰਗਾ ਪੈਸੇ ਇਕੱਠੇ ਕਰਨ ਕਿਉਂਕਿ ਹੁਣ ਹਰ ਬੱਚੇ ਦੀ ਪਹਿਲ ਕੀ ਹੋਊਗੀ ਜਿੰਨਾ ਮੈਜਿਸਕੋਰ ਆਵੇ ਕੈਨੇਡਾ ਜਾਣਾ ਵਾ ਸੋ ਮੈਂ ਉਮੀਦ ਕਰਦਾ ਸਾਰੇ ਜਣੇ ਰਾਜੀ ਖੁਸ਼ੀ ਚੜ੍ਹਦੀ ਕਲਾ ਚ ਹੁਣ ਇਹਦੇ ਪੀਟੀ ਵਾਲੇ ਬੱਚੇ ਵੀ ਵਾਤਵਾਦ ਵੀਜ਼ਾ ਜ਼ਰੂਰ ਲੈ ਕੇ ਜਾਣ ਸਾਡੇ ਤੋਂ ਵੀ ਪੀਟੀ ਵਾਲੇ ਬੱਚੇ ਪਿਛਲੇ ਸਮੇਂ ਦੇ ਵਿੱਚ ਰਹੇ ਆ ਕਿਉਂਕਿ ਅਸੀਂ ਪਾਵਾਂ ਹਰ ਬੱਚੇ ਨੂੰ ਰੋਕਿਆ ਹਰ ਬੱਚੇ ਨੂੰ ਡਵਾਈਸ ਵੀ ਦਿੱਤੀ ਪੜ ਕਹਿੰਦੇ ਨੇ ਐਡਵਾਈਸ ਦੇਤੀ ਪਰ ਮੈਂ ਉਹਦਾ ਸਕੋਰ ਨਹੀਂ ਵਧਾ ਸਕਿਆ ਉਹਦੀ ਜਗ੍ਹਾ ਆਪਲੀ ਪੇਪਰ ਦੇ ਸਕਿਆ ਜਾਂ ਮੇਰੀ ਕੋਈ ਮੈਡਮ ਪੇਪਰ ਦੇ ਸਕੀ ਸੋ ਹੁਣ ਮੌਕਾ ਹੈ ਕਿਹੜੇ ਕਿਹੜੇ ਬੱਚੇ ਨੇ ਆਪਾਂ ਨੂੰ ਕੈਟੇਗਰੀਜ਼ ਕਰਨਾ ਸੋ ਜਰੂਰ ਆਪਣੇ ਆਪ ਕੈਟੇਗਰੀਜ਼ ਕਰਕੇ ਆਪਣਾ ਇੰਪੋਰਟੈਂਟ ਡਿਸੀਜਨ ਜਰੂਰ ਲੈਣ ਤੁਸੀਂ ਚਲੋ ਥੈਂਕ ਯੂ ਸੋ ਮੱਚ ਤਿਰਤ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਸੀਂ ਪੀਟੀ ਦੇ ਵਿਦਿਆਰਥੀਆਂ ਨੂੰ ਦਿੱਤੀ ਹੈ ਤਿਰਤ ਜੀ ਦੇ ਸੁਝਾਅ ਨੇ ਕੋਈ ਕਨਫਿਊਜ਼ਨ ਹੈ ਕਲੈਰਿਟੀ ਲਓ 8557885578 ਤੇ ਫੋਨ ਕਰੋ ਥੈਂਕ ਯੂ ਸਰ